ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਆਧਾਰ ਸੁਪਰ ਮਾਰਕੀਟ ਜੈਤੋ। ਦਾਮ ਘੱਟ, ਬਚਤ ਵੱਧ। ਆਧਾਰ ਸੁਪਰ ਮਾਰਕੀਟ ਆਪਣੇ ਇਲਾਕੇ ਵਿੱਚ ਹੀ ਨਹੀਂ ਬਲਕਿ ਦੂਰ ਦੂਰ ਤੱਕ ਇੱਕ ਬ੍ਰਾਂਡ ਬਣ ਚੁੱਕਾ ਹੈ। ਇੱਥੇ ਕਰਿਆਨੇ ਦਾ ਸਮਾਨ, ਮਨਿਆਰੀ, ਡਰਾਈ ਫਰੂਟ, ਘਰ ਦਾ ਸਾਰਾ ਰਾਸ਼ਨ, ਪਲਾਸਟਿਕ ਅਤੇ ਹੋਰ ਵੱਖ ਵੱਖ ਤਰੀਕੇ ਦੀ ਫੈਸਿਲਿਟੀ ਮੌਜੂਦ ਹੈ। ਦੂਰੋਂ ਦੂਰੋਂ ਲੋਕ ਇੱਥੇ ਪਹੁੰਚਦੇ ਹਨ ਅਤੇ ਇੱਥੋਂ ਦੀ ਸੁਵਿਧਾਵਾਂ ਦਾ ਲਾਭ ਲੈਂਦੇ ਹਨ। ਇੱਥੋਂ ਦੀ ਸਭ ਤੋਂ ਵਿਸ਼ੇਸ਼ ਗੱਲ, ਇੱਥੇ ਹਰ ਪ੍ਰੋਡਕਟ 'ਤੇ ਔਫਰਸ ਚੱਲਦੀਆਂ ਨੇ ਜੋ ਕਿ ਕਸਟਮਰਸ ਲਈ ਬਹੁਤ ਹੀ ਫਾਇਦੇਮੰਦ ਹੁੰਦੀਆਂ ਨੇ। ਸਾਡੀ ਟੀਮ ਨੇ ਇੱਥੇ ਗ੍ਰਾਹਕਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਆਧਾਰ ਸੁਪਰ ਮਾਰਕੀਟ ਦੀ ਬੇਹੱਦ ਤਾਰੀਫ ਕੀਤੀ। ਸੋ ਜੇਕਰ ਤੁਸੀਂ ਵੀ ਵਧੀਆ ਕੁਆਲਿਟੀ ਦਾ ਸਮਾਨ ਉਹ ਵੀ ਬਹੁਤ ਹੀ ਵਾਜਿਬ ਦਾਮਾਂ 'ਤੇ ਲੈਣਾ ਚਾਹੁੰਦੇ ਹੋ ਤਾਂ ਪਹੁੰਚੋ ਆਧਾਰ ਸੁਪਰ ਮਾਰਕੀਟ ਜੈਤੋ। ਦਰਸ਼ਕੋ, ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਆਧਾਰ ਸੁਪਰ ਮਾਰਕੀਟ ਜਿਹੜੀ ਕਿ ਇੱਕ ਐਸੀ ਚੇਨ ਬਣੀ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਲੋਕਾਂ ਨੂੰ ਬਹੁਤ ਸਸਤੇ ਰੇਟਾਂ ਦੇ ਉੱਤੇ ਚੀਜ਼ਾਂ ਮੁਹੱਈਆ ਕਰਾ ਰਹੀ ਹੈ। ਪਿਛਲੇ ਦਿਨਾਂ 'ਚ ਆਪਾਂ ਕੋਟਕਪੂਰਾ ਕਵਰ ਕੀਤਾ, ਅੱਜ ਆਪਾਂ ਜੈਤੋ ਆਏ ਹੈਗੇ ਹਾਂ ਔਰ ਆਪਾਂ ਦੇਖ ਸਕਦੇ ਹਾਂ ਕਿ ਜਿਹੜੀ ਵੀ ਖਰੀਦਦਾਰੀ ਹੈਗੀ ਆ ਉਹਦੇ 'ਚ ਬਹੁਤ ਅਧਿਕ ਬੱਚਤ ਹੁੰਦੀ ਹੈ, ਇਸ ਕਰਕੇ ਇਹਦਾ ਨਾਮ ਹੈਗਾ ਆਧਾਰ ਸੁਪਰ ਮਾਰਕੀਟ ਬੱਚਤ ਵੱਧ। ਆਪਾਂ ਗੱਲ ਕਰ ਰਹੇ ਹਾਂ ਅੰਕਲ ਜੀ ਹੋਰਾਂ ਨਾਲ ਜਿਹੜੇ ਇੱਥੇ ਹੁਣੇ ਸਮਾਨ ਲੈ ਕੇ ਲੈਣ ਆਏ ਹੋਏ ਆ। ਅੰਕਲ ਜੀ ਸਵਾਗਤ ਹੈ ਤੁਹਾਡਾ, ਕੀ ਕਹਿਣਾ ਚਾਹੋਗੇ ਕਿ ਕਿੰਨੀ ਕੁ ਦੇਰ ਦੇ ਤੁਸੀਂ ਆਧਾਰ ਵਾਲਿਆਂ ਨਾਲ ਜੁੜੇ ਆ ਅਤੇ ਕੀ ਇਹਨਾਂ ਦਾ ਹੁੰਦਾ? ਇਹਨਾਂ ਨਾਲ ਅਸੀਂ 4 ਮਹੀਨੇ ਨਾਲ ਜੁੜੇ ਹੋਏ ਹਾਂ। ਇਹਨਾਂ ਤੋਂ ਸਮਾਨ ਬਹੁਤ ਲੱਗੇ ਹੈ, ਬਹੁਤ ਹੀ ਸਸਤਾ, ਬਾਜ਼ਾਰ ਨਾਲੋਂ ਕਾਫੀ ਆਪਾਂ ਨੂੰ ਸਸਤਾ ਮਿਲਦਾ ਇਹਨਾਂ ਦੀ ਦੁਕਾਨ 'ਤੇ ਅਤੇ ਵਧੀਆ ਵੀ ਮਿਲਦਾ, ਬਹੁਤ ਵਧੀਆ ਹਰੇਕ ਚੀਜ਼ ਪੈਕਿੰਗ ਹੈ ਇਹਨਾਂ ਦੀ। ਕੁਆਲਿਟੀ ਵਧੀਆ, ਜਿੱਦਾਂ ਹੁਣ ਕੁਆਲਿਟੀ ਵਧੀ, ਬਹੁਤ ਵਧੀਆ ਕੁਆਲਿਟੀ। ਹੋ ਆਧਾਰ 'ਤੇ ਆਪਣਾ ਸਾਰਾ ਰਾਸ਼ਨ ਖਰੀਦ ਰਹੇ ਹੋ, ਜੈਸੇ ਪਹਿਲੇ ਵੀ ਰਾਸ਼ਨ ਖਰੀਦੇ ਤੇ ਲੇਕਿਨ ਯਹਾਂ ਆਕਰ ਅਬ ਬੋਝ ਨਹੀਂ ਹੋਤਾ ਹੋਗੀ, ਐਸੇ ਹੋਤਾ ਨਾ ਕਿ ਚੀਜ਼ ਬੜੀਆ ਹੋਗੀ, ਜੈਸੇ ਹਲਦੀ ਲਈ ਹੈ ਤਾਂ ਇਹ ਹੈ ਕਿ ਬੜੀ ਹੋਗੀ, ਇਸਮੇ ਕੋਈ ਮਿਕਸਿੰਗ ਵਗੈਰਾ ਨਹੀਂ ਹੋਗੀ। ਜੀ ਹਾਂ, ਹਮੇ ਯਹਾਂ ਪੇ ਯਕੀਨ ਹੈ ਕਿ ਸਭ ਹਮੇ ਬੜੀਆ ਕੁਆਲਿਟੀ ਕੀ ਚੀਜ਼ ਦੇਂਗੇ, ਇਸ ਲਈ ਹਮੇ ਯਹਾਂ ਪੇ ਆਤੇ ਹੈਂ। ਬੇਟਾ ਕਬ ਸੇ ਆ ਰਹੇ ਹੈਂ? ਸਰ ਜਬ ਸੇ ਇਹ ਖੁਲਾ ਹੈ, ਜਬ ਸੇ ਇਹ ਖੁਲਾ ਹੈ। ਔਰ ਆਪ ਲੋਗੋਂ ਕੋ ਤਕਲੀਫ ਨਹੀਂ ਹੋਤੀ, ਮਤਲਬ ਕਿਰਾਨਾ ਕਾ ਜੋ ਸਮਾਨ ਲੈਣਾ ਹੋਤਾ ਤੋ? ਨੋ ਸਰ। ਰੇਟੋਂ ਮੇਂ ਵੀ ਥੋੜਾ ਸਾ ਆਪਕੋ ਲਗਤਾ ਹੈ ਕਿ ਰਿਲੈਕਸ ਹੈ ਬਾਕੀ ਸੇ? ਹਾਂ ਜੀ, ਬਾਕੀ ਸੇ ਬਾਹਰ ਸੇ ਰਿਲੈਕਸ ਹੈ ਜ਼ਿਆਦਾ ਯਹਾਂ ਪੇ। ਹਮ ਦੇਖ ਸਕਤੇ ਹੈਂ ਕਿ ਰੇਟੋਂ ਮੇਂ ਵੀ ਕਾਫੀ ਰਿਲੈਕਸੇਸ਼ਨ ਹੈ ਔਰ ਕੁਆਲਿਟੀ ਜੋ ਹੈ ਬਹੁਤ ਹੀ ਸਟੈਂਡਰਡ ਕੁਆਲਿਟੀ ਯਹਾਂ ਪਰ ਮੇਨਟੇਨ ਕੀ ਗਈ ਹੈ। ਹਮ ਮੈਨੇਜਰ ਸਾਹਿਬ ਸੇ ਬਾਤ ਕਰੇਂਗੇ, ਸਵਾਗਤ ਹੈ ਆਪਕਾ। ਨਮਸਕਾਰ ਸਰ। ਬੇਟਾ ਸਰ, ਕਿਆ ਕਹਿਣਾ ਚਾਹੇਂਗੇ ਕਿ ਆਪ ਲੋਗੋਂ ਨੇ ਯੇ ਸੁਵਿਧਾ ਯਹਾਂ ਪਰ ਦੀ ਹੈ ਜੈਤੋ ਮੇਂ ਔਰ ਜੈਸੇ ਜੈਸੇ ਲੋਕ ਜੁੜ ਰਹੇ ਹੈ, ਚੇਨ ਬਣ ਰਹੀ ਹੈ, ਇੱਕ ਬੰਦਾ ਆ ਰਿਹਾ ਹੈ ਉਹ ਆਗੇ ਆਗੇ ਬਤਾ ਰਿਹਾ ਹੈ ਔਰ ਆਪ ਲੋਕ ਘਰ ਪੇ ਵੀ ਜੋ ਹੈ ਡਿਲੀਵਰੀਜ਼ ਦੇ ਰਹੇ ਹੈ, ਕਿਆ ਕਹਿਣਾ ਚਾਹੇਂਗੇ? ਸਰ ਐਸਾ ਹੈ ਕਿ ਇੱਕ ਜਹਾਂ ਪਰ ਆਪ ਕਸਟਮਰ ਆਤਾ ਹੈ, ਇੱਕ ਛੱਤ ਕੇ ਨੀਚੇ ਸਾਰਾ ਸਮਾਨ ਪ੍ਰੋਪਰ ਮਿਲ ਜਾਤਾ ਹੈ, ਕਿਸੀ ਪ੍ਰਕਾਰ ਕੀ ਕੋਈ ਦਿੱਕਤ ਨਹੀਂ ਆਤੀ ਜਹਾਂ ਪੇ ਆਨੇ ਕੇ ਲਈ। ਕਸਟਮਰ ਖੁਸ਼ ਹੋਕਰ ਸਮਾਨ ਲੇਤਾ ਹੈ, ਅੱਛਾ ਮਾਲ, ਫਰੈਸ਼ ਮਾਲ ਹੋਤਾ ਹੈ, ਕਸਟਮਰ ਵੀ ਚਿੰਤੋ ਕੇ ਲੇਤਾ ਹੈ ਮਾਲ। ਔਰ ਹਮ ਬਾਤ ਕਰ ਲੇ ਤੋ ਫਰੈਸ਼ਨੈਸ ਕੀ ਬਾਤ ਕਰ ਲੇ, ਜੋ ਚੀਜ਼ੋਂ ਪੇ ਕੋਈ ਡਿਸਕਾਊਂਟ ਆਤਾ ਹੈ ਤੋ ਵੋ ਆਪ ਡਿਸਪਲੇਅਰ ਮੇਂ ਰੱਖਤੇ ਹੈ, ਡਿਸਕਾਊਂਟ ਲੋਕ ਤੋ ਉਸਕੋ ਛੁਪਾ ਕੇ ਰੱਖਤੇ ਹੈ ਲੇਕਿਨ ਆਪ ਲੋਕ ਡਿਸਪਲੇਅਰ ਮੇਂ ਦੇਤੇ ਹੈ ਜੋ ਵੀ ਡਿਸਕਾਊਂਟ ਆਤਾ ਹੈ। ਇਸਸੇ ਆਪਕੇ ਕਸਟਮਰ ਕੋ ਜ਼ਿਆਦਾ ਬੈਨੀਫਿਟ ਹੋ ਸਰ, ਕਿ ਕਸਟਮਰ ਕੋ ਜੇ ਜਹਾਂ ਪੇ ਮਾਰਕੀਟ ਸੇ ਮਾਲ ਲੇਤਾ ਸਮਾਨ ਲੇਤਾ ਹੈ ਉਸਕੋ ਜੋ ਹਮਾਰੇ ਯਹਾਂ ਪਰ ਆ ਕੇ ਉਸਕੋ ਵਹੀ ਕਮ ਦਾਮ ਮੇਂ ਮਿਲੇ ਔਰ ਆਫਰ ਕਾ ਸਮਾਨ ਮਿਲੇ। ਕਿਆ 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 ਅੱਜ ਕੱਲ੍ਹ ਕੌਣ ਕੌਣ ਸੀ ਚੀਜ਼ੋਂ ਪਰ ਜ਼ਿਆਦਾ ਜੋ ਹੈ ਆਫਰ ਆ ਰਹੀ ਹੈ? ਜ਼ਿਆਦਾਤਰ ਹਮਾਰੇ ਕੋਲਡ ਡਰਿੰਕ ਹੁਆ, ਜੈਸੇ ਡਰਾਈ ਫਰੂਟ, ਗਰੋਸਰੀ ਕਾ ਸਮਾਨ ਹੁਆ, ਫੂਡ ਕਾ ਸਮਾਨ ਹੁਆ, ਇਸ ਪਰ ਜ਼ਿਆਦਾ ਆਫਰ ਹੋਤਾ ਹੈ ਸਰ। ਅਗਰ ਹਮ ਬਾਤ ਕਰ ਲੇਂਗੇ ਤੋ ਯਹਾਂ ਪਰ ਸਭੀ ਤਰ੍ਹਾਂ ਕੀ ਹੈ, ਅਭੀ ਹਮੇ ਇਹ ਜਾਏਂਗੇ ਸਾਰਾ ਦਿਖਾਏਂਗੇ ਕਿ ਕੀ ਕਿਆ ਕਿਆ ਯਹਾਂ ਅਵੇਲੇਬਲ ਹੈ। ਹਮਾਰੇ ਯਹਾਂ ਹਾਫ ਰੇਟ ਪਰ ਬਾਏ ਵਨ ਗੈਟ ਵਨ ਹੋਤਾ ਹੈ ਸਰ, ਠੀਕ ਹੈ ਜੀ। ਦਾਲ ਫਰੈਸ਼ ਹੋ, ਬਿਨਾਂ ਪੋਲਿਸ਼ ਕੋ ਹੋਤੀ ਹੈ, ਵਿਦਾਊਟ ਪੋਲਿਸ਼, ਜਿਹੜੇ ਬਿਸਕਿਟ ਹੋਏ, ਮੈਗੀ ਹੋਈ, ਠੀਕ ਹੈ ਜੀ, ਪਾਸਤਾ ਵਗੈਰਾ ਹੁਆ, ਨਮਕੀਨ ਹੁਆ ਜੀ, ਇੱਕ ਸਾਥ ਇੱਕ ਫਰੀ ਹੈ ਜੇ, ਠੀਕ ਹੈ ਜੀ। ਜੇ ਸ਼ਾਇਦ ਹੈ ਆਪਣੇ ਕਿਸਾਨ ਮੈਗੀ ਹੈ, ਕ੍ਰੀਮ ਕਾ ਸੌਸ ਹੈ, ਜੇ ਵੀ ਬਾਏ ਆਫਰ ਪਏ, ਠੀਕ ਹੈ ਜੀ। ਔਰ ਤੇਲ ਹੈ, ਮੈਗੀ ਸੌਸ ਹੈ, ਇਸ ਪਰ ਡਿਸਕਾਊਂਟ ਹੋਤਾ ਹੈ, ਪੀਨਟ ਬਟਰ ਪਰ ਆਫਰ ਹੋਤੀ ਹੈ, ਪਾਸਤਾ ਜਾਂ ਆਪਣੇ ਦਿਸ਼ਾ ਨੂੰ ਓਟਸ ਹੋਏ, ਇਸ ਪਰ ਡਿਸਕਾਊਂਟ ਹੋਤਾ ਹੈ, ਬਾਏ ਵਨ ਗੈਟ ਵਨ। ਇੱਧਰ ਹਮਾਰੇ ਯਹਾਂ ਗਗਨ ਘੀ ਹੈ ਜੈਸੇ, ਇਸ ਪਰ ਡਿਸਕਾਊਂਟ ਹੈ, ਤੇਲ ਪਰ ਡਿਸਕਾਊਂਟ ਹੈ, ਬੇਸਨ ਹੈ ਔਰ ਜੇ ਰਸ ਹੈ, ਇਸ ਪਰ ਡਿਸਕਾਊਂਟ ਹੈ, ਜ਼ਿਆਦਾ ਆਫਰ ਆ ਰਹੀ ਹੈ। ਜੈਸੇ ਰਾਈਸ ਹੈ, ਰਾਈਸ ਕੀ ਕੁਆਲਿਟੀ ਅੱਛੀ ਹੈ, ਇੰਡੀਆ ਗੇਟ ਰਾਈਸ ਹੈ, ਇਸ ਪਰ ਡਿਸਕਾਊਂਟ ਬਹੁਤ ਹੋਤੇ ਹੈ, ਚਾਏ ਪੱਤੀ ਵਗੈਰਾ ਇਨ ਪਰ ਬਹੁਤ ਆਫਰ ਹੋਤੇ ਹੈ, ਆਲ ਵਰਾਇਟੀਜ਼ ਆਫਰ ਹੋਤੇ ਹੈ ਜੀ। ਜੈਸੇ ਘਰ ਕਾ ਰਾਸ਼ਨ ਪੂਰਾ ਇਕੱਠਾ ਲੇਤੇ ਹੈ, ਉਸਮੇਂ ਜ਼ਿਆਦਾ ਬੈਨੀਫਿਟ ਹੋ ਜਾਤਾ ਹੈ। ਹਮਾਰੇ ਯਹਾਂ ਜੈਸੇ ਘੀ ਹੁਆ, ਸਿਫਤੀ ਕੀ ਬੇਟੇ ਨੇ ਘੀ ਔਰ ਜੀ ਹਮਾਰੇ ਜੈਸੇ ਕੋਲ ਕੇ ਪੇਸਟ ਵਗੈਰਾ ਮਾਰਕੀਟ ਸੇ ਅੱਛੇ ਦਾਮ ਕਮ ਅੱਛੇ ਆਫਰ ਮਿਲਤੇ ਹੈ, ਜੈਸੇ ਤੇਲ ਹੋਏ, ਹੇਅਰ ਓਇਲ, ਫੇਸ ਵਾਸ਼, ਨਿਵਿਆ ਲੋਸ਼ਨ, ਇਸ ਪਰ ਵੀ ਡਿਸਕਾਊਂਟ ਹੈ, ਜੈਸੇ ਵੀ ਬਾਏ ਵਨ ਗੈਟ ਵਨ ਲਗਾ ਹੁਆ ਹੈ, ਠੀਕ ਹੈ ਜੀ। ਜੇ ਆਪਣੇ ਬੋਰੋ ਪਲੱਸ ਕੇ ਆਫਰ ਹੈ, ਬੋਰੋ ਬਾਏ ਵਨ ਗੈਟ ਵਨ, ਪੌਂਸ ਪਏ ਜੀ, ਵੈਸਲੀਨ ਆਫਰ ਹੈ, ਇੱਧਰ ਹੇਅਰ ਓਇਲ ਆ ਗਿਆ, ਇਸ ਪਰ ਬਾਏ ਵਨ ਗੈਟ ਵਨ ਆਫਰ ਲਗੇ ਹੋਏ ਹੈ। ਐਸੇ ਕਈ ਪ੍ਰੋਡਕਟ ਹੈ ਜੋ ਆਪ ਮਾਰਕੀਟ ਸੇ ਹਾਫ ਰੇਟ ਮਿਲਤੇ ਹੈ।
बाकी आप जो साइनेज वगैरह लगा रहे कस्टमर को कोई दिक्कत ना हो, कोई सामान में जा पूछने में दिक्कत ना हो, सामान प्रॉपर बढ़िया और साफ सुथरा मिलता जी। तुसी आंदे हो इत्थे सुपर मार्केट आधार दे किदां दा एक्सपीरियंस है? ਵਧੀਆ ਜੀ, ਬਹੁਤ ਵਧੀਆ ਕੰਮ ਹੁੰਦਾ ਔਰ ਸਾਰਾ ਚੀਜ਼ਾਂ ਮਿਲ ਜਾਂਦੀਆਂ। ਹਾਂ, ਸਭ ਚੀਜ਼ ਔਰ ਜਿਵੇਂ ਆਪਾਂ ਸ਼ਹਿਰੀ ਜੇ ਬੰਦੇ ਹਾਂ ਬਾਈ, ਨਾਲ ਚੀਜ਼ਾਂ ਖਰੀਦ ਕੇ ਆਹ ਮੈਗੀ ਲੈਣੀ, ਆਹ ਲੈਣਾ ਹੈ ਅਤੇ ਨਾਲ ਦੀ ਨਾਲ ਹੀ ਉਹ ਵਾਲੀ ਚੀਜ਼ ਜਿਹੜੀ ਲੈਣੀ ਉਹ ਪਾ ਕੇ ਅਤੇ ਚੱਲ। ਆਪਾਂ ਹੋਰ ਕਸਟਮਰ ਨਾਲ ਜੁੜ ਰਹੇ ਹਾਂ। ਵੀਰ ਜੀ, ਕਿੱਦਾਂ ਦਾ ਐਕਸਪੀਰੀਅੰਸ ਤੁਹਾਡਾ? ਬਹੁਤ ਵਧੀਆ ਐਕਸਪੀਰੀਅੰਸ ਹੈ ਵੀਰ ਜੀ। ਬੇਟਾ ਕੈਸਾ ਲੱਗਦਾ ਹੈ ਸ਼ੋਪ ਪਰ ਆਕਰ, ਮਜ਼ਾ ਆਤਾ ਹੈ? ਇਹ ਤਾਂ ਇੱਥੇ ਘੁੰਮਣ ਆਉਂਦੀਆਂ ਵਗੈਰਾ, ਇਹਨਾਂ ਨੂੰ ਹੁੰਦਾ ਨਾਲੇ ਸ਼ੋਪਿੰਗ ਹੋ ਜੂਗੀ, ਘਰ ਦਾ ਸਮਾਨ ਵੀ ਨਾਲੇ ਘੁੰਮ ਆਵਾਂਗੇ। ਬਾਕੀ ਇਨਕੇ ਲਈ ਵੀ ਚੀਜ਼ਾਂ ਹੈ ਨਾ, ਇਹ ਕਿੰਡਰ ਜੁਆਏ ਹੈ ਔਰ ਡੈਰੀ ਫਾਰਮ। ਵੀਰ ਜੀ, ਕੀ ਕਹਿਣਾ ਚਾਹੋਗੇ ਕਿ ਇਹ ਚੀਜ਼ ਦੀ ਜ਼ਰੂਰਤ ਸੀਗੀ ਜੱਤੋ ਦੇ ਵਿੱਚ ਜਿਸ ਤਰੀਕੇ ਨਾਲ ਇਹਨਾਂ ਨੇ ਇਹ ਬਣਾਤਾ? ਕਿਉਂਕਿ ਜਿਹੜੇ ਵੱਡੇ ਸ਼ੋਰੂਮ ਆ, ਜਿਹੜੇ ਆਪਾਂ ਅਡਾਨੀ ਅੰਬਾਨੀਆਂ ਦੀ ਜੇ ਆਪਾਂ ਗੱਲ ਕਰ ਲਈਏ, ਜਦੋਂ ਬੰਦਾ ਵੜਦਾ ਤਾਂ ਬੰਦੇ ਨੂੰ ਡਰ ਜਿਹਾ ਲੱਗਦਾ, ਇੱਥੇ ਆ ਕੇ ਬੰਦੇ ਨੂੰ ਆਪਦਾ ਆਪਣਾਪਣ ਜਿਹਾ ਫੀਲ ਹੁੰਦਾ ਵੀ ਸਾਡੇ ਆਪਦੇ ਆ। ਬਿਲਕੁਲ, ਇਹ ਤਾਂ ਹੈਗਾ ਜੀ, ਸਟਾਫ ਵੀ ਲੋਕਲ ਹੈ, ਸਾਰੇ ਬੰਦੇ ਜਾਣਦੇ ਆ, ਇੰਨੇ ਵਧੀਆ ਇਹ ਡੀਲ ਕਰਦੇ ਆ, ਚੰਗਾ ਲੱਗਦਾ ਇੱਥੇ ਆ ਕੇ ਜੀ। ਬਿਲਕੁਲ, ਥੈਂਕ ਯੂ। ਕਿੱਦਾਂ ਦਾ ਤੁਹਾਨੂੰ ਲੱਗਦਾ, ਕੀ ਕਹਿਣਾ ਚਾਹੋਗੇ? ਆਧਾਰ ਜੈਤੋ ਦੇ ਵਿੱਚ ਅਸੀਂ ਖੜ੍ਹੇ ਹਾਂ ਅਤੇ ਜਦੋਂ ਤੋਂ ਇਹ ਖੁੱਲ੍ਹਿਆ, ਵੈਸੇ ਆਈ ਹੈ ਵੀ ਲੋਕਾਂ ਨੂੰ ਵੀ ਇਸ ਤਰ੍ਹਾਂ ਦਾ ਵੀ, ਸਭ ਤੋਂ ਪਹਿਲੀ ਤਾਂ ਆਈ ਹੈ ਵੀ ਚਲੋ ਜਿਹੜਾ ਗੌਰਮੈਂਟ ਦਾ ਕੋਈ GST ਵਗੈਰਾ ਬਣਦਾ ਹੈ ਉਹ ਇਹ ਕੰਪਨੀਆਂ ਜਿਹੜੀਆਂ ਜਿਵੇਂ ਆਮ ਦੁਕਾਨਦਾਰ ਸਪੋਜ਼ ਕਰੋ GST ਤੋਂ ਉਹ ਕਰ ਜਾਂਦੇ ਆ, ਸਿੱਧਾ ਸੌਦਾ ਲੈਂਦੇ ਆ ਅਤੇ GST ਪੇ ਕਰਦੇ ਆ। ਦੂਸਰੀ ਗੱਲ ਵੀ ਕਿਸੇ ਪ੍ਰਕਾਰ ਦੀ ਕੋਈ ਬਾਰਗੇਨਿੰਗ ਨਹੀਂ ਰਹਿੰਦੀ, ਜਿਹੜੇ ਇਹਨਾਂ ਦੇ ਰੇਟ ਲਿਮਿਟਡ ਹੈ, ਠੀਕ ਆ, ਉਹ ਰੇਟ ਲਾਉਂਦੇ ਆ ਔਰ ਸੌਦਾ ਹਰੇਕ ਪ੍ਰਕਾਰ ਦਾ ਡਿਸਪਲੇ ਕੀਤਾ। ਤੁਸੀਂ ਇੱਥੇ ਆ ਗਏ? ਬਿਲਕੁਲ ਖੁਸ਼, ਡਿਸਪਲੇ ਕੀਤਾ ਹੁੰਦਾ, ਚੁੱਪ ਕਰਕੇ ਲੈਂਦਾ ਬੰਦਾ ਤਾਂ ਜਾ ਕੋਈ ਨਹੀਂ ਪੈਂਦਾ। ਬਿਲਕੁਲ ਸਹੀ ਗੱਲ ਹੈ ਵੀ ਆਹ ਚੀਜ਼ ਦੇ, ਫਿਰ ਘਰੇ ਇੱਕ ਚੀਜ਼ ਭੁੱਲ ਗਏ, ਠੀਕ ਹੈ, ਫਿਰ ਦੂਜੀ ਯਾਦ ਆ ਜਾਂਦੀ ਹੈ, ਡਿਸਪਲੇ ਕੀਤਾ ਮੂਹਰੇ ਵੀ ਆਹ ਚੀਜ਼, ਬਿਸਕੁਟ ਚਾਹੀਦੀ ਹੈ, ਖੰਡ ਚਾਹੀਦੀ, ਲੈ ਜਾਂਦਾ ਚੁੱਪ ਕਰਕੇ। ਥੈਂਕ ਯੂ ਘਰ ਦੇ ਨਾਲ। ਬਹੁਤ ਵਧੀਆ, ਬਹੁਤ ਵਧੀਆ। ਕਿੰਨੀ ਦੇਰ ਦੇ ਆ ਰਹੇ ਹੋ? ਮੈਨੂੰ ਹੋ ਗਏ ਸਾਲ, ਹੋ ਗਿਆ ਇੱਕ ਸਾਲ ਰੈਗੂਲਰ ਆਉਣਾ ਮੈਂ। ਤੇ ਤੁਹਾਨੂੰ ਇਹ ਲੱਗਦਾ ਕਿ ਇੱਥੇ ਆਉਣ ਦੇ ਨਾਲ ਮੇਰੀ ਜਿਹੜੀ ਪਾਕਟ ਹੈਗੀ ਆ ਉਹਦਾ ਕਾਫੀ ਫਰਕ ਪਿਆ ਪਾਕਟ ਦਾ? ਹਾਂਜੀ ਹਾਂਜੀ, ਸੇਵਿੰਗ ਹੁੰਦੀ ਹੈ, ਇੱਕ ਪ੍ਰੋਡਕਟ 'ਚੋਂ ਕੁਝ ਨਾ ਕੁਝ ਆਫ ਹੁੰਦਾ, ਬਾਕੀ ਰੈਗੂਲਰ ਆਉਣਾ, ਵਧੀਆ ਐਕਸਪੀਰੀਅੰਸ ਆ, ਵਧੀਆ ਸਰਵਿਸ ਹੈ ਇਹਨਾਂ ਦੀ। ਥੈਂਕ ਯੂ। ਹਾਂਜੀ।